ਮਾਸ਼ਾਅੱਲਾ ਚਲੋ ਜੀ ਖਾਓ ਖਾਣਾ ਖਾਓ ਸ਼ਾਬਾਸ਼ ਖਾਣਾ ਤਿਆਰ ਸਾਰੇ ਬੱਚੇ ਖਾਣਾ ਸ਼ੁਰੂ ਹੋ ਗਿਆ ਜੀ ਪਾਣੀ ਵੀ ਆ ਗਿਆ ਰੋਟੀ ਵੀ ਆ ਗਈ ਸਾਰਾ ਕੁਛ ਤਿਆਰ ਆ ਜੀ ਸ਼ਾਬਾਸ਼ ਸ਼ਾਬਾਸ਼ ਸਾਲਣ ਹੋਰ ਲੈਣਾ ਠੀਕ ਹੈ ਨਾ ਰੱਜ ਕੇ ਰੋਟੀ ਖਾਣੀ ਨਾਲੇ ਦੁਆ ਦੇਣੀ ਭੈਣ ਭਾਈਆਂ ਨੂੰ ਪੱਖਾ ਚਲਾ ਲਿਆ ਇਸੇ ਵਾਸਤੇ ਥੋੜ੍ਹੀ ਹਵਾ ਵੀ ਬੱਚਿਆਂ ਨੂੰ ਜਾਵੇ ਗਰਮੀ ਹੈ ਬਹੁਤ ਆਪਾਂ ਜੀ ਬਣੀ ਹੈ ਨਾ ਮੌਸਮ ਥੋੜ੍ਹਾ ਜਿਹੜਾ ਬੱਦਲ ਜੇ ਹੋਏ ਹਲਕੀ ਹਲਕੀ ਹਵਾ ਨਹੀਂ ਚੱਲਣ ਰਹੀ ਹੈਗੀ ਸ਼ਾਬਾਸ਼ ਸ਼ਾਬਾਸ਼ ਸਾਲਣ ਜਿਹਨੇ ਜਿਹਨੇ ਹੋਰ ਲੈਣਾ ਹੋਰ ਲੈ ਰੱਜ ਕੇ ਖਾਣੀ ਰੋਟੀ ਠੀਕ ਹੈ الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين ਆਉਣੇ ਵਾਲੀ ਹਰ ਵੀਡੀਓ ਭੈਣਾਂ ਭਰਾਵਾਂ ਤੱਕ ਬਾਰ ਵਕਤ ਪਾਉਂਦੀ ਰਹੇ ਚਾਹੀ ਵੀਡੀਓ ਮਾਸ਼ਾਅੱਲਾ ਬੱਚੇ ਇਕੱਠੇ ਹੋਏ ਅੱਜ ਹਾਂਜੀ ਮੇਰੀ ਤਰਫੋਂ ਅਸਲਾਮ ਅਲੈਕੁਮ ਰਹਿਮਤੁਲਾਹ ਵਬਰਕਾਤਹੁ ਅੱਛਾ ਜੀ ਵੀਡੀਓ ਸਾਡੀ ਅੱਜ ਇਸ ਤਰ੍ਹਾਂ ਕਿ ਅੱਜ ਸਾਰੇ ਮਾਸ਼ਾਅੱਲਾ ਬੱਚੇ ਆਏ ਨੇ ਮੱਲੇ ਦੇ ਆਪਣੇ ਵੀ ਸਾਰੇ ਇਕੱਠੇ ਹੋਏ ਨੇ ਅਤੇ ਇਹਨਾਂ ਨੂੰ ਖਿਲਾਉਣਾ ਜੀ ਅੱਜ ਖਾਣਾ ਅਤੇ ਜੇ ਖਾਣਾ ਖਿਲਾ ਕੇ ਫਿਰ ਇਹਨਾਂ ਕੋਲ ਦੁਆਵਾਂ ਲੈਣੀਆਂ ਕਿਉਂਕਿ ਬੱਚੇ ਨਿੱਕੇ ਨਦਾਨ ਨਿੱਕੇ ਮੂੰਹ ਵਾਲੇ ਮਾਸੂਮ ਬੱਚਿਆਂ ਦੀਆਂ ਦੁਆਵਾਂ ਬਹੁਤ ਅੱਲਾਹ ਪਾਕ ਦੀ ਜ਼ਾਤ ਕਬੂਲ ਕਰਦੀ ਆ ਕਿਉਂ ਬੱਚੋ ਇਸੇ ਤਰ੍ਹਾਂ ਹੀ ਨਾ ਅਤੇ ਮਾਂ ਬੇਟੀ ਨੇ ਬਹੁਤ ਪਿਆਰਾ ਕਲਾਮ ਪੜ੍ਹਿਆ ਅਤੇ ਰੋਟੀ ਤਿਆਰ ਆ ਹਾਂਜੀ ਚਲੋ ਠੀਕ ਆ ਜੀ ਬੱਚਿਆਂ ਕੋਲੋਂ ਸੁਣਦੇ ਇਹ ਹੋਰ ਵੀ ਕਲਾਮ ਅਤੇ ਨਾਲੇ ਮਾਂ ਬੇਟੀ ਕੋਲ ਇੱਕ ਪਿਆਰੀ ਜੀ ਨਾਤ ਵੀ ਸੁਣਦੇ ਹਾਂ ਉਸ ਤੋਂ ਬਾਅਦ ਇਹਨਾਂ ਦਾ ਖਾਣਾ ਜਿਹੜਾ ਉਹ ਵੀ ਖਿਲਾਉਂਦੇ ਹਾਂ ਹੋਰ ਜਿਹੜੀ ਜਿਹੜੀ ਚੀਜ਼ ਵੀ ਅੱਜ ਬੱਚਿਆਂ ਦੇ ਨਾਲ ਤਕਸੀਮ ਕਰਨੀ ਸਾਰੀ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਭੈਣ ਭਾਈਆਂ ਨੇ ਸਾਡੀ ਵੀਡੀਓ ਦੇ ਨਾਲ ਰਹਿਣਾ ਵੀਡੀਓ ਸਕਿੱਪ ਨਹੀਂ ਕਰਨੀ ਹੈਗੀ ਅੱਛਾ ਜੀ ਹੁਣ ਪਿਆਰੀ ਜੀ ਮਾਂ ਬੇਟੀ ਕੋਲ ਸੁਣਦੇ ਹਾਂ ਇੱਕ ਨਾਤ ਦੋ ਮਿੰਟ ਲਈ ਪੱਖਾ ਵੀ ਚਲਾ ਲਿਆ ਕਿਉਂਕਿ ਪੱਖਾ ਬੱਚੇ ਫਿਰ ਕਹਿੰਦੇ ਗਰਮੀ ਲੱਗਦੀ ਆ ਮਾਸ਼ਾਅੱਲਾ ਜੀ ਜਜ਼ਾਕੱਲਾ ਬਹੁਤ ਪਿਆਰਨਾਤ ਪੜ੍ਹੀ ਆ ਮਾਂ ਬੇਟੀ ਨੇ
ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿੱਡਾ ਪਿਆਰਾ ਸਾਰੇ ਬੱਚਿਆਂ ਨੇ ਰਲ ਮਿਲ ਕੇ ਕਲਾਮ ਪੜਿਆ ਤੇ ਬਹੁਤ ਹੀ ਪਿਆਰਾ ਪੜੋ ਲਾ ਇਲਾਹਾ ماشاءاللہ بچے نے بہت ہی پیارا کلام پڑھیا اپنی زبان تے لے کے اللہ پاک اسی طرح سبھی بہن بھائیاں دے بچے نو تندرستی صحت دے اللہ پاک میری بہناں نو بھائیاں نو جننے وی سانو دیکھن والے بہن بھائی آ یو کے لندن جرمن جننے شہراں دے نام باقی سانو آندے وی نہیں سعودیا جتنے وی شہراں سانو ویکھن والے بہن بھائی سب نو اللہ پاک تندرستی صحت دے اللہ پاک انہاں دے بچیاں نو تندرستی صحت دے جی تے اللہ پاک میری پیاری بہن کینیڈا چ رضیا رفیق ویلفیئر فاؤنڈیشن والیاں دی طرفوں اج بچیاں نوں کھانا کھلایا جا رہا جی چکن دے نال تے اللہ پاک اس آپی نوں آپی دی بیٹی نوں ساڈی بیٹی ہے اللہ پاک نوں تندرستی صحت دے اللہ پاک ہوندا جس مقصد واسطے انہاں نے یہ نظام جڑا وا کیتا جی انہوں کی پڑھائی واسطے جاری ہے بیٹی ساری بچی باجی دی بیٹی اللہ پاک ان کی پڑھائی چ جی ان کامیابی دے جی کوئی پریشانی نہ اللہ پاک انہوں دکھائے جی بلکہ اللہ پاک کی ذات جی جی بہنوں نے ساڈا یہ گھر بنایا جنہیں انہوں نے تاون کیا وا جنہیں بہن بھائی سانو دیکھ رہے ہیں اللہ پاک سب نو اپنے حفظ و ایمان چ رکھے جی سب واسطے بیٹا دعا کر دینا ਜਿੰਨੀ ਬੱਚਿਆਂ ਨੇ ਕਲਾਮ ਪੜ੍ਹੀ ਹੈ ਇਸ ਕਲਾਮ ਦੇ ਸਦਕੇ ਦੇ ਨਾਲ ਜੀ ਜੋ ਵੀ ਇਹਨਾਂ ਨੇ ਕਲਮਾ ਦਰੂਦ ਜਿਤਨਾ ਵੀ ਪੜ੍ਹਿਆ ਜੀ ਇਹਨਾਂ ਦੇ ਕਲਾਮ ਦੇ ਸਦਕੇ ਅੱਲਾ ਪਾ ਕੇ ਮੇਰੇ ਦੇਖਣ ਵਾਲੇ ਭੈਣ ਭਾਈਆਂ ਨੂੰ ਸਭ ਨੂੰ ਜਿਨ੍ਹਾਂ ਨੇ ਮੇਰੇ ਘਰ 'ਚ ਹਿੱਸਾ ਲਿਆ ਬਣਾਇਆ ਔਰ ਜਿਹਨੇ ਬਾਜੀ ਨੇ ਬੱਚਿਆਂ ਦੇ ਖਾਣਾ ਖਿਲਾ ਰਹੀ ਅੱਜ ਜਿਹੜਾ ਖਾਣਾ ਖਿਲਾਇਆ ਜਾ ਰਿਹਾ ਜੀ ਇਹ ਬਾਜੀ ਰਜ਼ੀਆ ਰਫੀਕ ਵੈਲਫੇਅਰ ਫਾਊਂਡੇਸ਼ਨ ਕੈਨੇਡਾ 'ਚੋਂ ਜੀ ਉਹਨਾਂ ਦੀ ਤਰਫੋਂ ਉਹਨਾਂ ਦੀ ਬੇਟੀ ਦੀ ਤਰਫੋਂ ਆ ਕਿ ਉਹ ਆਪਣੀ ਪੜ੍ਹਾਈ ਜਿਹੜੀ ਇਹਦੀ ਪੜ੍ਹਾਈ ਦੀ ਤਰਫ ਜਾ ਰਹੀ ਆ ਪੜ੍ਹਾਈ ਕਰਨ ਵਾਸਤੇ ਅੱਲਾ ਪਾਕ ਉਹਨਾਂ ਦੀ ਪੜ੍ਹਾਈ 'ਚ ਕਾਮਯਾਬ ਕਰੇ ਕੋਈ ਪਰੇਸ਼ਾਨੀ ਨਾ ਦਿਖਾਏ ਜੀ ਹਾਂਜੀ ਹਾਂਜੀ ਉਹਦੀਆਂ ਪਰੇਸ਼ਾਨੀਆਂ ਦੂਰ ਕਰੇ ਔਰ ਹਮੇਸ਼ਾ ਖੁਸ਼ੀਆਂ ਸੇ ਨਵਾਜ਼ੇ ਜੀ ਅਤੇ ਇਹਨਾਂ ਬੱਚਿਆਂ ਦੀ ਦਿੱਲੀ ਦੁਆ ਵਾ ਮਸੂਮ ਬੱਚਿਆਂ ਦੀ ਪਤਾ ਨਹੀਂ ਇਸ ਬੱਚੇ ਦੀ ਪਹਿਲੇ ਦੀ ਲੱਗ ਜਾਣੀ ਹੈ ਦੂਸਰੇ ਤੀਸਰੇ ਚੌਥੇ ਪੰਜਵੇਂ ਕਿਸੇ ਬੱਚੇ ਦੇ ਮੂੰਹ 'ਚੋਂ ਕੱਢੀ ਦੁਆ ਜਿਹੜੀ ਅੱਲਾ ਪਾਕ ਦੀ ਜ਼ਾਤ ਕਬੂਲ ਕਰ ਲੈਂਦੀ ਹਾਂਜੀ ਪਤਾ ਨਹੀਂ ਆਹ ਨਿੱਕੀ ਜੀ ਜਿਹੜੀ ਵੇਖਣ ਦੀ ਇਹਦੀ ਇਹਦੇ ਦੀ ਦੁਆ ਕਬੂਲ ਹੋ ਜਾਣੀ ਹੈ ਹਾਂਜੀ ਅਤੇ ਬੜੀ ਖੁਸ਼ੀ ਆ ਜੀ ਅਤੇ ਅੱਲਾ ਪਾਕ ਇਸੇ ਤਰ੍ਹਾਂ ਮੇਰੇ ਭੈਣ ਭਾਈਆਂ ਨੂੰ ਵੀ ਖੁਸ਼ ਰੱਖੇ ਅਤੇ ਠੀਕ ਹੈ ਜੀ ਖਾਣਾ ਤਿਆਰ ਆ ਹਾਂਜੀ ਤੁਸੀਂ ਜਿਹੜੇ ਖਾਣਾ ਦਿਓ ਖਾ ਲਈਏ ਇਹਨਾਂ ਨੂੰ ਪੱਖਾ ਵੀ ਚਲਾਉਂਦੇ ਗਰਮੀ ਬਹੁਤ ਜ਼ਿਆਦਾ ਪੱਖਾ ਵੀ ਤੁਹਾਡੇ ਵਾਸਤੇ ਇਹ ਵੀ ਇੱਕ ਆਪੀ ਨੇ ਬਹੁਤ ਪਿਆਰੀ ਪਿਆ ਸਾਡੀ ਫੈਮਿਲੀ ਆ ਉਹਨਾਂ ਨੇ ਲੈ ਕੇ ਦਿੱਤਾ ਅੱਲਾ ਪਾਕ ਉਸ ਆਪੀ ਨੂੰ ਤੰਦਰੁਸਤੀ ਦੇਵੇ ਅੱਲਾ ਪਾਕ ਜਿਸ ਮਕਸਦ ਲਈ ਆਪੀ ਨੇ ਲੈ ਕੇ ਦਿੱਤਾ ਅੱਲਾ ਪਾਕ ਉਹ ਮਕਸਦ ਵੀ ਅੱਲਾ ਉਹਨਾਂ ਦਾ ਪੂਰਾ ਕਰੇ ਜੀ ਹਮੇਸ਼ਾ ਖੁਸ਼ ਰੱਖੇ ਜੀ ਅਤੇ ਠੀਕ ਹੈ ਜੀ ਪੱਖਾ ਚਲਾਉਂਦੇ ਹਾਂ ਪੱਖਾ ਹੋ ਗਿਆ ਸਟਾਰਟ ਦੇਖ ਸਕਦੇ ਥੋੜ੍ਹਾ ਤੇਜ਼ ਕਰਦੇ ਹਾਂ ਠੀਕ ਹੋ ਗਿਆ ਬੱਚਿਓ ਚਲੋ ਜੀ ਤੁਸੀਂ ਜਲਦੀ ਜਲਦੀ ਖਾਣਾ ਦਿਓ ਨਿੱਕੀ ਵੀ ਹੁਣ ਫਿਰ ਗਰਮੀ ਦੇ ਨਾਲ ਪਰੇਸ਼ਾਨ ਹੋਈ ਖਾਣਾ ਖਾਓ ਖਾਣੇ ਤੋਂ ਬਾਅਦ ਫਿਰ ਤੁਹਾਡਾ ਮਿੱਠਾ ਮੂੰਹ ਵੀ ਕਰਾਉਣਾ ਅੱਛਾ ਜੀ ਸਾਰੇ ਬੱਚਿਆਂ ਨੇ ਮਾਸ਼ਾਅੱਲਾ ਖਾਣਾ ਖਾ ਲਿਆ ਵਾ ਖਾਣਾ ਖਾ ਕੇ ਵੱਡੇ ਹੋ ਗਏ ਨੇ ਨਿੱਕੀ ਤੱਕ ਚੋਲੀ ਹੋਈ ਵੱਡੀ ਬੈਠੀ ਨੇ ਮਾਂ ਬੇਟੀ ਨੇ ਚੁਕਲੀ ਹੁਣ ਇਹਨਾਂ ਦਾ ਕਰਾਉਂਦੇ ਜੀ ਮਿੱਠਾ ਮੂੰਹ ਚਲੋ ਬੇਟਾ ਸਾਰਿਆਂ ਨੂੰ ਨਾ ਦਿਓ ਅਤੇ ਮਿੱਠੇ ਮੂੰਹ ਕਰਦੇ ਜਾਣ ਅਤੇ ਮਿੱਠੀਆਂ ਮਿੱਠੀਆਂ ਦੁਆਵਾਂ ਦਿੰਦੇ ਜਾਣ ਦੁਆ ਵੀ ਦੇਣੀ ਭੈਣ ਭਾਈਆਂ ਨੂੰ ਸਾਰਿਆਂ ਨੂੰ ਅੱਛਾ ਹਾਂਜੀ ਅੱਲਾਹ ਭਲਾ ਕਰੇ ਜੀ ਸਾਰਿਆਂ ਦਾ ਜਿਹੜੇ ਭੈਣ ਭਾਈਆਂ ਨੇ ਕੰਮ ਜਿਸ ਭੈਣ ਨੇ ਕੰਮ ਕਰਵਾਇਆ ਬੱਚਿਆਂ ਨੂੰ ਖਾਣਾ ਛਾਣਾ ਖਿਲਾਇਆ ਮਾਲ ਮਿੱਠਾ ਮੂੰਹ ਕਰਾਇਆ ਜੀ ਸਾਡੇ ਇਸ ਪਾਸੇ ਦੀ ਮਸ਼ਹੂਰ ਡਾਂਗਰ ਬਹੁਤ ਪਿਆਰੀ ਹੈ ਜੀ ਬੜੇ ਸ਼ੌਕ ਨਾਲ ਖਾਂਦੇ ਨੇ ਸਾਰਿਆਂ ਮੇਰੇ ਬੇਟਾ ਦਿੱਤੀ ਜਾਓ ਦਿਓ 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 ਸਾਰਿਆਂ ਨੂੰ ਸ਼ਾਬਾਸ਼ ਸ਼ਾਬਾਸ਼ ਪੱਖੇ ਚੱਲਦੇ ਪਏ ਅਤੇ ਆਵਾਜ਼ ਆ ਰਹੀ ਹੈ ਮਾਜ਼ਰਤ ਕਿਉਂ ਗਰਮੀ ਬਹੁਤ ਜ਼ਿਆਦਾ ਵਾ ਇਸ ਵਜ੍ਹਾ ਤੋਂ ਅਤੇ ਵੀਡੀਓ ਦੇ ਵੀ ਇੱਥੇ ਐਂਡ ਕਰਦੇ ਵੀਡੀਓ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈ ਨੂੰ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਕਮੈਂਟ ਸਾਨੂੰ ਜ਼ਰੂਰ ਦੱਸਣਾ ਕਿ ਅੱਜ ਦੀ ਵੀਡੀਓ ਸਾਡੀ ਕੈਸੀ ਲੱਗੀ ਆ ਮਿਲਾਂਗੇ ਨੈਕਸਟ ਵੀਡੀਓ 'ਚ ਅੱਲਾ ਹਾਫਿਜ਼